ਲਾ ਜੀ ਜ਼ੈਨ ਬੇਟੇ ਨੂੰ ਦੁੱਧ ਪਕੜਿਆ ਹੋਇਆ ਅਤੇ ਮੁਹੰਮਦ ਨੇ ਮਸਾਲਾ ਬਣਾਇਆ ਸੀ ਉਹ ਪਕੜਿਆ ਵਾ ਜ਼ੈਨ ਜ਼ੁਲਕਰ ਨੈਨ ਨੇ ਮੂਲੀਆਂ ਅਤੇ ਸ਼ਲਜਮ ਪਕੜੇ ਹੋਏ ਨੇ ਅਤੇ ਅਸੀਂ ਜਾ ਰਹੇ ਹਾਂ ਜੀ ਆਂਟੀ ਦੇ ਘਰ ਉੱਥੇ ਜਾ ਰਹੇ ਹਾਂ ਜੀ ਨਾਸ਼ਤਾ ਕਰਨ ਵਾਸਤੇ ਜੀ ਥੱਕ ਗਿਆ ਥੱਕ ਗਿਓ ਚਲੋ ਚਲੇਂਗੇ ਚਲੋ ਚਲੋ ਨਹੀਂ ਥੱਕੇ ਅੱਛਾ ਜੀ ਆਂਟੀ ਦੇ ਘਰ ਆ ਗਏ ਮਾਸ਼ਾ ਅੱਲਾ ਬੱਚੇ ਮਾਸ਼ਾਅੱਲਾ ਖੁਸ਼ ਹੋ ਗਏ ਜੀ ਚਲੋ ਜੀ ਮਾਸ਼ਾਅੱਲਾ ਜ਼ੈਨ ਆ ਕੇ ਫੌਰਨ ਕੁਰਸੀ ਤੇ ਬੈਠ ਗਿਆ ਇੱਧਰ ਮੇਰੀਆਂ ਦੋ ਸ਼ਹਿਜ਼ਾਦੀਆਂ ਖੜੀਆਂ ਵਾਲੇਕੁਮ ਸਲਾਮ ਚਲੋ ਜੀ ਆਪ ਵੀ ਸਲਾਮ ਬੁਲਾ ਦਿਓ ਅਯਾਨ ਆਪ ਅੱਛਾ ਜੀ ਲੈ ਆਏ ਹਾਂ ਅਸੀਂ ਨਾਸ਼ਤਾ ਕਰਨਾ ਸੀਗਾ ਅਤੇ ਅੰਕਲ ਵੱਲੋਂ ਲੈ ਕੇ ਆਏ ਜਨਾਬ ਮੂਲੀਆਂ ਮੈਂ ਕਿਹਾ ਮੂਲੀਆਂ ਕੰਮ ਨਾ ਹੋਣ ਅਤੇ ਮੂਲੀਆਂ ਲੈ ਕੇ ਆਏ ਹਾਂ ਔਰ ਇਹ ਵਾਲਾ ਮਸਾਲਾ ਬਣਵਾਇਆ ਵਾ ਉੱਤੇ ਟੈਪ ਧੂਰੀ ਕਰਕੇ ਜੂਸ ਖਾਂਦੇ ਹਾਂ ਦੇਖੋ ਜੀ ਮਸਾਲਾ ਬਣਵਾ ਕੇ ਲਏ ਅਲੱਗ ਅੱਛਾ ਜੀ ਆਹ ਵਾਲੇ ਸ਼ਲਜਮ ਅੱਧਾ ਕਿਲੋ ਸ਼ਲਜਮ ਅਤੇ ਮੂਲੀਆਂ ਔਰ ਮਸਾਲਾ ਬਣਵਾਇਆ ਜੇ ਅੱਧਾ ਕਿਲੋ ਸ਼ਲਜਮ ਬਣਵਾਏ ਨੇ ਅਤੇ ਇਹਨਾਂ ਨੂੰ ਸ਼ਲਜਮਾਂ ਨੂੰ ਦੇਖਦੇ ਹਾਂ ਕਿ ਵਿੱਚ ਆਲੂ ਪਾ ਕੇ ਪਕਾਉਣੇ ਆ ਕਿੱਦਾਂ ਪਕਾਉਣੇ ਆ ਉਹਦੇ ਬਾਅਦ ਦਾ ਮਸਲਾ ਅਰੀਦਾ ਨੇ ਕੀ ਹੈ ਅਰੀਦਾ ਨੇ ਕੀ ਹੈ ਹਾਂਜੀ ਧਨੀਆ ਮੈਂ ਕੱਟਿਆ ਵਾ ਤੇ ਆ ਮਿਰਚਾਂ ਵਾ ਮਿਰਚਾਂ ਮੈਂ ਪੀਸ ਲਵਾਂ ਪੀਸ ਕੇ ਤੇ ਫਿਰ ਵਿੱਚ ਪਾਵਾਂਗਾ ਪਾਣੀ ਪਹਿਲੇ ਬਿਲਕੁਲ ਨਿਚੋੜ ਲੈਂਦੇ ਹਾਂ ਵਿੱਚੋਂ ਨਹੀਂ ਹੋਵੇ ਤਾਂ ਫਿਰ ਨਾ ਹੋ ਜਾਏਗਾ ਪਤਲਾ ਪਤਲਾ ਪਾਣੀ ਨਿਚੋੜ ਲੈਂਦੇ ਨਿਚੋੜ ਕੇ ਤੇ ਫਿਰ ਵਿੱਚ ਨਮਕ ਵਿੱਚ ਸਭ ਕੁਝ ਮਿਕਸ ਕਰਦੇ ਮੈਂ ਇਸ ਕਹਿੰਦੇ ਮੂਲੀ ਕੇ ਅੰਦਰ ਮਿਰਚੀ ਐਡ ਕਰ ਰਹੀ ਹਾਂ ਹਰੀਆਂ ਮਿਰਚਾਂ ਹਰਾ ਧਨੀਆ ਮਿਕਸ ਕਰ ਲੈਂਦੇ अच्छे तरीके से इन्हें मिक्स कर लिया अब इसके अंदर पाउडर मसाले डालते हैं नमक थोड़ा ज़्यादा पाऊँ पीस करके थोड़ा ज़्यादा पाया कि साढ़े आटे से नमक नहीं हो रहा आटे से नमक नहीं पाई इस करके लाल मिर्च हरी मिर्च पाई है तो लाल मिर्च ज़्यादा तेज नहीं होते फिर बच्चे हल्की पा दी सब्ज़ भी पाइए अच्छा
ਜੀ ਤਿਆਰ ਹੋ ਗਿਆ ਮਸਾਲਾ ਬਿਲਕੁਲ ਤਿਆਰ ਹੋ ਗਿਆ ਵਾ ਹੁਣ ਜਿਸ ਤਰ੍ਹਾਂ ਗੈਸ ਆਉਂਦਾ ਵਾ ਫਿਰ ਪਰਾਂਠੇ ਲਾ ਕੇ ਬੱਚਿਆਂ ਨੂੰ ਦਿੰਦੇ ਹਾਂ ਗੈਸ ਗੈਸ ਆ ਗਿਆ ਤੋ ਅਬ ਮੰਮਾ ਸ਼ੁਰੂ ਕਰੇਗੀ ਪਰਾਂਠੇ ਬਣਾਉਣਾ ਦੇਖਦੇ ਹਾਂ ਪਹਿਲਾ ਨੰਬਰ ਕਿਸਕੇ ਲੱਗਦਾ ਹੈ ਪਰਾਂਠੇ ਕੋ ਜਿਹਦੇ ਨਸੀਬਾਂ 'ਚ ਹੋਇਆ ਨਹੀਂ ਖਾਣਾ पहले छोटे छोटे पतले पतले खाने पारे पारे देखें जैसे आपसे बनाए जाते हैं वैसे बना दें अब इसके ऊपर मूली लगा रहे हैं दरवाजा बंद कर दो बाहर का लसुन इन्नी की बरकत पावे कि सारे ने पूरे आ जाने मेरिया दो मूलियां के पराठे ਅੱਜ ਨਾਸ਼ਤਾ ਵੀ ਅਸੀਂ ਕਿੰਨੇ ਵਜੇ ਕਰਨ ਦੇ ਹਾਂ ਕਿ ਸਵੇਰ ਬੱਚੇ 1 ਵਜੇ ਨਹੀਂ 12 ਵਜੇ 12 ਵਜੇ ਗੈਸ ਚਲਾ ਗਿਆ ਸੀ ਇਸ ਕਰਕੇ ਫਿਰ ਗੈਸ ਹੋਣਾ ਹੈ ਅੱਜ ਇਤਵਾਰ ਸੀ ਫਿਰ ਲੰਮੇ ਪਏ ਰਹੇ ਇਸ ਕਰਕੇ ਫਿਰ ਤਵਾ ਗਰਮ ਹੋ ਗਿਆ ਲੱਗ ਰਿਹਾ ਦੋ ਦਾ ਪੱਕ ਜਾਣ ਪਾ ਰਿਹਾ ਨਾ ਚਾਏ ਵਾਸਤੇ ਵੀ ਰੱਖਣੀ ਤਾਂ ਦੁੱਧ ਪਾ ਕੇ ਚਾਏ ਵੀ ਰੱਖ ਲਾਂਗੇ ਮਿਸਕੀ ਲਾ ਲਵਾਂਗੇ ਪਰਾਂਠਾ ਸਾਡਾ ਤਿਆਰ ਹੋ ਗਿਆ ਮਾਸ਼ਾਅੱਲਾ ਪਹਿਲਾਂ ਪਰਾਂਠਾ ਨਹੀਂ ਦਾਦਾ ਲੀਜ਼ਾ ਦਾ ਮੰਮਾ ਨੂਰ ਸਮਾਨ ਕਿਹੜਾ ਕਰ ਰਹੀਆਂ ਲੀਜ਼ਾ ਕੋ ਪਹਿਲੇ ਉਸੇ ਪਹਿਲੇ ਪਰਾਂਠਾ ਮਿਲਿਆ ਲੀਜ਼ਾ ਪਰਾਂਠਾ ਖਾਣੇ ਲੱਗੀ ਹੈ ਤੇਰੀ ਮੰਮਾ ਬਣਾਏ ਨਾਸ਼ਤਾ ਮੈਂ ਕਰ ਲਵਾਂ ਤੇਰੀ ਮੰਮਾ ਨੇ ਫਟਾਫਟ ਸਮਾਨ ਕਿਹਾ ਸਹੀ ਨਹੀਂ ਮੈਂ ਥੋੜ੍ਹਾ ਥੋੜ੍ਹਾ ਜਿਵੇਂ ਇੱਧਰ ਕਿਹਾ ਹੋਇਆ ਸੀਗਾ ਅੱਜ ਤੇਰਾ ਇਕੱਠਾ ਕੀਤਾ ਪਿਆ ਵਾ ਮੈਂ ਕਿਹਾ ਚਲੋ ਮੈਂ ਇਹਦੇ ਵਿੱਚ ਨਾ ਬਣਾ ਲੈਣੀ ਹੈ ਤੇ ਮੰਮਾ ਨੂੰ ਦੱਸਣਾ ਤੇਰੇ ਦਾ ਪੇਸਟ ਤਿਆਰ ਕਰ ਦਿੰਦੀ ਲੀਜ਼ਾ ਮੈਂ ਕਿਹਾ ਨਾਸ਼ਤਾ ਕਰ ਲਵੇ ਪਹਿਲੇ ਉਸ ਤੋਂ ਬਾਅਦ ਵਿੱਚ ਫਿਰ ਦੱਸਣ ਚੀਜ਼ ਲੈਣੀ ਹੈ ਬੈਠ ਕੇ ਨਾ इस साइड पे हमारी चाय बन रही है छोटे सिलेंडर पे और चाय रीदा बना रही है मम्मा खाना बना रही है रीदा चाय बना रही है पीती हूँ अब नाश्ता कर रहे हैं मज़ा आया जी। कैसा बना पराठा सोना कैसा बना दुलकुन है उनके अंदर क्या पाया मूली अयान वगैरह को भी पराठा दे दिया लीजा ने भी खा लिया नूर ने भी अब ये बन गया रीदा का अच्छा जी माशाल्लाह समान जोड़ा सी मैं सारी सब्जी वगैरह तैयार कर दी है और लहसुन अदरक सब्जी में जो भी तैयार कर दी टोटली डाल दी है रीदा फातमा लीजा फातमा लहसुन छिल गई है नूर फातमा लीजा फातमा रीदा फातमा सब में ड्यूटी लगाई अब मैं ज़्यादा लहसुन छिल के पाल करी मान अदरक लहसुन अदरक बना दो पाल कर ਅਤੇ ਜੀ ਨਾਸ਼ਤਾ ਕਰਨਾ ਚਲੋ ਮੈਂ ਨੀਲਮ ਜੀ ਜਾਂ ਤਾਂ ਪਾਪਾ ਆ ਗਏ ਅੱਜ ਮੇਰੇ ਘਰ ਆਪਣੇ ਨਾਸ਼ਤਾ ਕਰਨਾ ਬਿਸਮੀ ਦਾ ਬੈਲਕਮ ਆ ਮਿਲ ਕੇ ਕਰਨਾ ਬੜਾ ਮਜ਼ੇਦਾਰ ਜਨ ਕੇ ਮੂਲੀ ਵਾਲਾ ਪਰਾਠਾ ਚਾਹੇ ਨਹੀਂ ਚਾਹ ਵਾਲੀ ਜਾਣਾ ਚਾਹੇ ਤੇ ਆਉਣ ਮੈਂ ਤਾਂ ਚਾਹ ਦੇ ਦੇ ਮੈਂ ਜ਼ਿਆਦਾ ਚਾਹ ਖਾਣਾ ਕਿਉਂਕਿ ਮੂਲੀ ਵਾਲਾ ਪਰਾਠਾ ਚਾਹ ਨਾਲ ਖਾਣ ਨੂੰ ਜ਼ਿਆਦਾ ਮਜ਼ਾ ਆਉਂਦਾ ਹੈ ਇਹ ਮਸਲਾ ਤਾਂ ਪੱਕੇ ਮਾਸ਼ਾਅੱਲਾ ਨਾ ਰੋਜ਼ ਦਾ ਬਿਸਮੀ ਪਾਪਾ ਜੀ ਨਾਸ਼ਤਾ ਕਰ ਰਹੇ ਨੇ ਮਾਸ਼ਾਅੱਲਾ ਜੀ ਬਹੁਤ ਮਜ਼ਾ ਆ ਰਿਹਾ ਚਾਹ ਨਾਲ ਪਰਾਠੇ ਖਾਣ ਦਾ ਹਾਂਜੀ ਪਰਾਠਾ ਵੀ ਬਹੁਤ ਮਜ਼ੇਦਾਰ ਬਹੁਤ ਜ਼ਬਰਦਸਤ ਆ
मैं भी खा रही हूँ, चाय भी मेरी आ गई। खैर मेरी चाय तो देर ना आई है, अदे लीजा फातमा बैठी रास्ता कर लिया नहीं, लीजा फातमा ने अपनी ड्यूटी पूरी कर रही है। लहसन तो छिलड़ी बैठ गए, अदर थोड़े दिन रह गए, मैं नाश्ता कर लवा फिर जो लहसुन अदरक लहसुन अदरक रह गया ये फिर छिल देंगे। लहसुन अदरक जरा ना कट के असी छिल के बिल्कुल तैयार कर लिया, रेडी कर लिया। देखो माशाल्लाह जबरदस्त। और वाली मैं थोड़ा जिन्ना लहसुन बचा रहा वे कम आ जाएगा लिया वा, तो बाहर फिर मैं लगता सब्जी वाला आ गया वा, सालन भी आपदा ने तैयार कर लिया माशाल्लाह जबरदस्त। ये देखो जी असी पकाया अज आलू तो शलजम तो दो दाने मटर के पाए ने, हूँ असी सारे घर का ताला लगा के जा रहे हैं उधर घर की तरफ। मैं कहा पता नहीं कि शायद शोर आ लेकिन कचरे वाला वा लै रहा वा, सुके टुकड़े तो लोहे लै लन जो लै रहा वा वो वाला असी बाहर काफ़ी आवाज़ आ रही थी। हूँ असी नाश्ता वगैरह कर लिया नाल ही आपदा ने सालन भी बना लिया, हूँ असी जा रहे घर की तरफ मैं भी आपदा भी नहीं था फातमा भी। ये देखो जी माशाल्लाह अगे अगे जा रही हैं दोनों मावा धियाँ। मेरी दोस्त आई हुई सी वो चली गई है जल कहू यार नाल लै गई है वो चली गई उधर जाके देखते जैन का पापा कहता धुप माशाल्लाह बहुत सोहनी निकली हुई है तो चलते हैं। मैं सब्जी वाले के पैसे देने सब्जी वाले के पैसे देता फिर चलते हैं। मैं पैसे देने लग गई सी दूसरे ने सब्जी वाले ने पैसे देते हैं हम चलते हैं जाके तो थूम वगैरह जो लैके जा रही हैं लहसुन अदरक सब्ज मिर्च जाके पीसते हैं। देखो जी बच्चे साढ़े कितना शोर पा रहे ने, ये देखो कहाँ लेके जा रहे हो पापा को पैसे लेने हैं। चलो जाओ जाओ ले लो फिर ले लो जाओ। अच्छा जी साढ़े न्याणे ने बाहर ठेला खड़ा करवा लिया वा पापड़ा वाला, ये हूँ आएगा तो कोलो साढ़े बच्चे पापड़ लैन गए। इन्हों के कम चेक करो ये देखो जी। अच्छा वो शायद उधर क्या करो पैसे दो पैसे लेने। अच्छा वो बाबा के पास जाओ अंदर जाओ अंदर वहाँ जाके ले लो। अच्छा ये यानी कि ठेले वाला जेड़ा वा जैन के पापा को शायद गया वा अंदर वो बैठ गए तो जेडे बच्चे आ ये कह रहे कि असी वो लेना वा पापड़ लेने हैं तो आएगा पापड़ वाले ठेले वाले खड़े किया वा जिमें आएगा आके इन्हों फिर पापड़ वगैरह देगा। तो अपने भैन भाइयों को इजाजत चाहवागे मिलेंगे नैक्सट वीडियो। अगर मेरे भैन मेरा ब्लॉग अच्छा लगे पसंद आए लाइक शेयर जरूर कर देना, कमेंट करना बिल्कुल ना भूलना। अल्लाह सोने के हवाले जी अल्लाह हाफिज़।